ਧਰਮਵੀਰ ਜੀ, ਰਾਤ ਤੁਹਾਡੇ ਘਰੇ ਜਿਹੜੀ ਸੰਨ ਲੱਗੀ ਚੋਰੀ ਹੋਈ ਆ, ਕੀ ਕੀ ਨੁਕਸਾਨ ਹੋਇਆ ਤੁਹਾਡਾ? ਸਰ 2.5 ਲੱਖ ਰੁਪਈਆ ਨਗਦ ਸੀਗਾ ਜੀ। ਹਾਂਜੀ। ਇੱਕ ਨੱਥ ਹੈਗੀ ਆ, 2 ਚੂੜੀਆਂ ਹੈਗੀਆਂ, 7 ਮੁੰਦਰੀਆਂ, 2 ਲੇਡੀ ਮੁੰਦਰੀਆਂ, 1 ਜੋੜੇ ਕਾਂਟੇ ਹੈਗੇ ਆ, 1 ਟਿੱਕਾ ਆ, 2 ਜੋੜੇ ਟਾਪਸ ਹੈਗੇ ਆ, 2 ਜੋੜੇ ਵਾਲੀਆਂ ਹੈਗੀਆਂ ਛੋਟੀਆਂ, 1 ਹੋਰ ਛੋਟੀ ਵਾਲੀ ਹੈਗੀ ਆ, 1 ਮੇਰੀ ਪੋਤੀ ਦੀ ਵਾਲੀ ਛੋਟੀ ਜਿਹੀ ਬਣਾ ਦਿੱਤੀ ਮੇਰੇ ਮੁੰਡੇ ਦੇ ਬਾਹਰ ਗਿਆ ਸੀ ਉਹ ਭੇਜੀ ਜੀ, ਅਤੇ 1 ਤਾਂ ਅਸੀਂ ਵਾਲੀਆਂ ਹੈਗੀਆਂ ਮੇਰੀ ਕੁੜੀ ਦੀਆਂ, 1 ਨੱਥ ਹੈਗੀ ਆ, 2 ਜੋੜੇ ਵਾਲੀਆਂ ਹੈਗੀਆਂ, 1 ਟੋਪਸ ਹੈਗਾ, 1 ਮਿੰਡੀ ਲੇਡੀਜ਼ ਮੁੰਡੀ। ਕੁੱਲ ਮਿਲਾ ਕੇ ਕਿੰਨਾ ਕੁ ਨੁਕਸਾਨ ਹੈ? ਇਹ ਤਾਂ ਹੁਣ ਮੈਨੂੰ ਪਤਾ ਨਹੀਂ ਲੱਗਦਾ ਕਿੰਨਾ ਕੁ, ਲੱਖਾਂ ਦਾ ਨੁਕਸਾਨ ਕਹਿ ਸਕਦੇ ਆਪਾਂ ਇਹਨੂੰ। ਤਕਰੀਬਨ ਕੈਸ਼ ਪਾ ਕੇ 8-10 ਲੱਖ ਦੇ ਕਰੀਬ ਦਾ ਹੋਊਗਾ ਜੀ ਘੱਟੋ ਘੱਟ। ਜੋ ਚੋਰੀ ਹੋਈ ਉਸ ਸਮੇਂ ਤੁਸੀਂ ਕਿੱਥੇ ਸੀਗੇ? ਅਸੀਂ ਉੱਧਰ ਆਪਣੇ ਗੁੱਜੇ ਪਾਸੇ ਮਕਾਨ ਬਣਾਇਆ ਹੋਇਆ MC ਡਬਲਯੂ ਦੇ ਲਾਗੇ, ਉੱਥੇ ਸੀਗੇ ਚੌਂਕ 'ਚ। ਉਹ ਮੇਰੀ ਪੋਤੀ ਨੇ ਸਵੇਰੇ ਆ ਕੇ ਮੈਨੂੰ ਦੱਸਿਆ ਕਿ ਪਾਪਾ ਇੱਦਾਂ ਤਾਂ ਕਰਕੇ ਗੱਲ ਹੈ, ਅਤੇ ਉਹ ਮੈਂ ਜਦੋਂ ਆਇਆ ਤਾਂ ਮੈਂ ਦੇਖਿਆ, ਅਤੇ ਉਦੋਂ ਮੈਂ ਅਲਮਾਰੀ ਦੇਖੀ, ਅਲਮਾਰੀ ਪੱਟ ਗਈ, ਫਿਰ ਮੈਂ ਸਾਰਾ ਸਮਾਨ ਗਿਆ ਚਲਾ ਗਿਆ, ਅਤੇ ਮੈਂ ਡੰਡਾ ਖੋਲ੍ਹਿਆ ਹੈਗਾ, ਖੋਲ੍ਹ ਕੇ ਅੰਦਰ ਗਿਆ, ਸਭ ਕੁਛ ਹੀ ਅੰਦਰੋਂ ਰਹਿ ਗਿਆ। ਕੀ ਲੱਗਦਾ ਕਿੱਧਰੋਂ ਦੀ ਆਏ ਹੋਣਗੇ ਚੋਰ ਜਿਹੜੇ ਆ? ਚੋਰ ਮੇਰਾ ਫਿਰ ਉੱਤੋਂ ਦੀ ਆਏ ਹੋਣੇ ਆ, ਅਲਮਾਰੀ ਗਲੀ ਸਮਝੀ ਤਾਂ ਇਹ ਆਏ, ਗਲੀ ਨੂੰ ਡੰਡਾ ਲੱਗਾ ਹੁੰਦਾ, ਗੇਟ ਲਾਇਆ ਹੋਇਆ। ਪੁਲਿਸ ਆਈ ਸੀ? ਹਾਂਜੀ, ਪੁਲਿਸ ਆਈ ਸੀ। ਹਾਂ, ਪੁਲਿਸ ਆਏ ਸੀ, ਉਹ ਦੇਖ ਕੇ ਲੈ ਗਿਆ ਥੋੜ੍ਹਾ ਜਿਹਾ, ਉਹ ਕਹਿੰਦੇ ਆ ਕੇ ਰਿਪੋਰਟ ਕਰਾ ਦੇ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ? ਇਹੀ ਆ, ਸਾਡਾ ਚੋਰ ਫੜਿਆ ਜਾਵੇ, ਹੋਰ ਜੀ ਸਮਾਨ ਮਿਲ ਜਾਵੇ, ਸਮਾਨ ਮਿਲ ਜਾਵੇ। ਇਹ ਜਿਹੜਾ ਡਿਊਟੀ ਅਫਸਰ ਸਾਹਿਬ ਮੌਕੇ 'ਤੇ ਜਾ ਕੇ ਜਿਹੜਾ ਦੇਖ ਲਿਆ ਜੀ, ਵੈਰੀਫਾਈ ਕਰ ਰਹੇ ਹਾਂ, ਬਾਕੀ CCTV ਫੁਟੇਜ ਦੇਖ ਕੇ ਅਤੇ ਜਲਦੀ ਇਹਨੂੰ ਟਰੇਸ ਕਰਕੇ ਫਿਰ ਤੁਹਾਨੂੰ ਦੁਬਾਰਾ ਦੱਸਦੇ ਹਾਂ ਜੀ ਡਿਟੇਲ ਜੀ। ਅਜੇ ਮਤਲਬ ਉਹ ਕੈਮਰਿਆਂ ਤੋਂ ਪਤਾ ਲੱਗੇਗਾ ਜੀ, ਐਕਚੁਅਲ ਟਾਈਮ ਦਾ ਨਹੀਂ ਪਤਾ ਹੈਗਾ, ਪਰ ਅਸੀਂ ਕਰ ਰਹੇ ਹਾਂ ਜੀ ਵੈਰੀਫਾਈ ਇਹਨੂੰ।